ਕੱਪੜੇ ਹੁੰਦੇ ਸੀ। ਕੱਲ ਵੀ ਇੱਕ ਵੀਰ ਸਵਾਲ ਕਰਦਾ ਸੀ, ਕਹਿੰਦਾ ਵੀ ਜੀ ਇੱਕ ਸਵਾਲ ਆ ਬਹੁਤ ਵੱਡਾ, ਭਈ ਜਦੋਂ ਸਾਹਿਬਜ਼ਾਦਿਆਂ ਦੀ ਮੂਵੀ ਬਣੀ ਆ, ਭਾਈ ਤਾਰੂ ਸਿੰਘ ਦੀ ਬਣੀ ਆ, ਉਹ ਇੱਕ ਐਪੀਸੋਡ ਨੂੰ ਲੈ ਕੇ ਬਣੀ ਆ, ਹਨਾ, ਭਈ ਇੱਕ ਸਿੱਖ ਕਿਰਦਾਰ ਹੋਇਆ ਆ, ਹਨਾ, ਤੇ ਉਹਦਾ ਨਾਂ ਤਾਰੂ ਸਿੰਘ ਆ ਜਾਂ ਕੁਛ ਵੀ ਆ, ਉਹਦੀ ਕਹਾਣੀ ਸਾਰੀ ਉਹਦੇ ਦੁਆਲੇ ਘੁੰਮਦੀ ਆ, ਤੇ ਮੇਨ ਨਾਂ ਉਹਦਾ ਆਉਂਦਾ ਆ। ਤੇ ਜੇ ਭਲਕੇ ਨੂੰ ਚਰਿੱਤਰਾਂ ਨੂੰ ਲੈ ਕੇ ਕਿਸੇ ਨੇ ਮੂਵੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਹ ਚ ਮੇਨ ਕਿਰਦਾਰ ਜਿਹੜਾ ਆ ਲੇਖਕ ਦਾ ਉਹ ਕਿਹਦਾ ਨਾਂ ਆਊਗਾ? ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਨਾਮ ਜਿਹੜਾ ਉਹਦੇ ਵਿੱਚ। ਹੁਣ ਜਦੋਂ ਪ੍ਰੋਫੈਸਰ ਦਰਸ਼ਨ ਸਿੰਘ ਨੇ ਉਦੋਂ ਗੱਲ ਕੀਤੀ ਸੀ ਉਦੋਂ ਇਹੀ ਗੱਲ ਹੋਈ ਸੀ ਨਾ, ਜਦੋਂ ਤੁਸੀਂ ਉਹ ਜਿਹੜਾ ਦੀਪ ਕੌਰ ਵਾਲਾ ਚਰਿੱਤਰ ਆ, ਅਨੂਪ ਕੌਰ ਵਾਲਾ, ਉਸ ਉਹਦੀ ਗੱਲ ਕਰਦੇ ਆ, ਤੇ ਉਹਦੇ ਵਿਚ ਜਿਹੜਾ ਕਿਰਦਾਰ ਜਦੋਂ ਕਹਿੰਦੇ ਵੀ ਆਨੰਦਪੁਰ ਦਾ ਰਾਜਾ ਜਿਹੜਾ ਰਾਏ ਆ ਉਹ ਗੋਬਿੰਦ ਰਾਏ ਆ, ਜਦੋਂ ਤੁਸੀਂ ਇਹ ਕਹਿੰਦੇ ਆ ਵੀ ਜਿਹੜਾ ਆ ਕੇ ਉਹਨੂੰ ਇਹ ਕਹਿੰਦਾ ਆ ਵੀ ਜੇ ਤੂੰ ਮੈਨੂੰ ਸੇਜ ਤੇ ਪੈਣ ਨੂੰ ਕਹਿੰਦੀ ਆ ਨਾ ਤਾਂ ਮੈਂ ਤੈਨੂੰ ਦੱਸਦੇ ਆ ਵੀ ਮੇਰੇ ਗੁਰੂ ਨੇ ਸਿੱਖਿਆ ਦਿੱਤੀ ਆ ਵੀ ਨਿੱਜ ਨਾਰੀ ਕੇ ਸੰਘ ਨੇ ਹੋ ਤੁਮ ਨਿੱਤ ਵਢਾਈਓ ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋਣਾ ਜਾਈਓ। ਇਹ ਗੱਲ ਗੁਰੂ ਗੋਬਿੰਦ ਸਿੰਘ ਨੇ ਕਹੀ ਆ, ਗੋਬਿੰਦ ਰਾਏ ਨੇ ਕਹੀ ਆ, ਤੇ ਸਿੱਖਿਆ ਉਹਨਾਂ ਨੂੰ ਦਿੱਤੀ ਗੁਰੂ ਤੇਗ ਬਹਾਦਰ ਨੇ। ਤੇ ਪ੍ਰੋਫੈਸਰ ਦਰਸ਼ਨ ਸਿੰਘ ਨੇ ਸਵਾਲ ਇਹ ਕੀਤਾ ਸੀ ਵੀ ਜਿਹੜਾ ਉੱਥੋਂ ਫਿਰ ਉਹੀ ਬੰਦਾ ਇਹ ਗੱਲ ਕਹਿ ਕੇ ਜਦੋਂ ਕਹਿੰਦੀ ਵੀ ਨਹੀਂ ਜੇ ਸੋਣਾ ਤਾਂ ਲੱਥ ਲਿਓ ਲੰਘ ਜਾ, ਉਹ ਚਲ ਜਾਂਦਾ ਭੱਜ ਜਾਂਦਾ, ਲੋਈ ਉਹਦੀ ਰਹਿ ਜਾਂਦੀ, ਜੁੱਤੀਆਂ ਛੱਡ ਜਾਂਦਾ ਉਹ, ਤੇ ਜਾਂ ਉਹ ਚੋਰ ਚੋਰ ਦਾ ਰੌਲਾ ਪਾ ਦਿੰਦੀ ਆ ਤੇ ਬੰਦੇ ਉਹਨੂੰ ਘੇਰ ਲੈਂਦੇ ਆ, ਉਹ ਮੂਹਰਿਓ ਸ਼ੈਤਾਨੀ ਵਰਤ ਕੇ ਜਦੋਂ ਔਰਤ ਦਾ ਭਰਾ ਮੂਹਰਿਓ ਆਉਂਦਾ ਆ ਉਹ ਉਹਦਾ ਨਾਂ ਲਾ ਦਿੰਦਾ, ਫਿਰ ਇਹ ਉਹਦੇ ਘਰੋਂ ਭੱਜਾ, ਉਹਦੇ ਗੁੱਟ ਪੈਣ ਲੱਗ ਪੈਂਦੀ ਆ ਤੇ ਰਾਜ ਨਿਕਲ ਜਾਂਦਾ, ਉਹਦੀ ਲੋਈ ਤੇ ਜੁੱਤੀ ਉੱਥੇ ਰਹਿ ਜਾਂਦੀ ਆ, ਹਨਾ। ਹੁਣ ਉਹਦੀ ਸਵਾਲ ਇਹ ਪੁੱਛਿਆ ਸੀ ਵੀ ਜੇ ਉਹ ਸਿੱਖਿਆ ਜਿਹੜੀ ਦਿੱਤੀ ਗਈ ਆ ਉਹ ਗੁਰੂ ਤੇਗ ਬਹਾਦਰ ਦੀ ਦਿੱਤੀ ਹੋਈ ਆ ਤੇ ਉਹ ਗੱਲ ਕਹਿਣ ਵਾਲਾ ਗੋਬਿੰਦ ਰਾਏ ਆ, ਫਿਰ ਜਿਹੜਾ ਉੱਥੋਂ ਲੋਈ ਤੇ ਜੁੱਤੀ ਛੱਡ ਕੇ ਭੱਜਾ ਉਹ ਕੌਣ ਆ? ਉਹ ਵੀ ਤਾਂ ਉਹੀ ਬੰਦਾ ਹੈ ਨਾ। ਬਿਲਕੁਲ, ਉਸ ਵੇਲੇ ਕਹਿੰਦੇ ਗੁਰੂ ਗੋਬਿੰਦ ਸਿੰਘ ਦੀ ਬੇਇੱਜ਼ਤੀ ਕੀਤੀ ਆ। ਹੁਣ ਜਦੋਂ ਚਰਿੱਤਰ ਘੜੇ ਜਾਣੇ ਆ, ਲਿਖੇ ਜਾਣੇ, ਜਦੋਂ ਉਹ ਫਿਲਮਾਏ ਜਾਣੇ ਆ, ਫਿਰ ਤਾਂ ਪੂਰੇ ਦਾ ਪੂਰਾ ਪੈਕੇਜ। ਹੁਣ ਤਾਂ ਇਹ ਬੰਦੇ ਜਿਹੜੇ ਆ, ਕਿਉਂ ਇਸ ਚਰਿੱਤਰ ਦੀ ਨਾ ਵਿਆਖਿਆ ਕੈਲੀਫੋਰਨੀਆ ਵਾਲੇ ਨੇ ਕੀਤੀ ਸੀਗੀ, ਉਹਨੇ ਇੰਨੀਆਂ ਕਮਲੀਆਂ ਮਾਰੀਆਂ ਉਹਨੇ ਕਰਦਨ ਲੱਗੇ ਨੇ ਉੱਥੇ, ਜਿਹੜੀ ਤਾਂ ਗੱਲ ਉਹ ਓਦਾਂ ਹੀ ਮੰਨਦੇ ਆ। ਜਦੋਂ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਨਾ ਵੀ ਮੇਰੇ ਗੁਰੂ ਨੇ ਮੈਨੂੰ ਸਿੱਖਿਆ ਦਿੱਤੀ ਹੈ ਕਿ ਜਿਹੜਾ ਨਿੱਜ ਨਾਰੀ ਕੇ ਸੰਗ ਨਹੀਂ ਤੂੰ ਨਿੱਤ ਬੜਾਈਓ, ਜਿਹੜਾ ਉਹ ਗੁਰੂ ਗੋਬਿੰਦ ਸਿੰਘ ਹੀ ਹੈ, ਪਰ ਜਿਹੜਾ ਭੱਜਿਆ ਬੰਦਾ ਉਹ ਨੀ ਗਾ ਇੱਦਾਂ। ਮਤਲਬ ਹੁਣ ਜੇ ਤੁਸੀਂ ਤਾਂ ਕਹਿ ਦੋਗੇ ਚਲੋ ਜੋ ਪੂਰਾ ਐਪੀਸੋਡ ਤਿੰਨ ਚਰਿੱਤਰ ਜਿਹੜਾ 21-22-23 ਜਿੰਨੇ ਨੰਬਰ ਹੈਗਾ ਉਹ, ਜੇ ਅਗਲੇ ਨੇ ਸਾਰਾ ਦਾ ਸਾਰਾ ਚੱਕ ਕੇ ਫਿਲਮ ਬਣਾਉਣੀ ਹੋਵੇ ਫਿਰ ਤਾਂ ਸੇਮ ਕਰਤਾਰ ਹੀ ਰਹੂਗਾ ਨਾ। ਵੈਸੇ ਵੀ ਜਦੋਂ ਉਹਦੀ ਵਾਰਤਕ ਪੜ੍ਹ ਕੇ ਦੇਖ ਲਓ, ਇੱਕ ਜਾਣੀ ਇੱਕ ਰਾਜਾ ਆ ਇੱਕ ਔਰਤ ਆ, ਦੋਵੇਂ ਤਾਂ ਕਿਰਦਾਰ ਆ ਉਹਦੇ ਵਿੱਚ। ਔਰਤ ਰਾਜੇ ਨੂੰ ਕਹਿੰਦੀ ਆ ਵੀ ਤੂੰ ਉਹਨੂੰ ਉਹ ਯੋਗ ਮਾਤਾ ਕੋਈ ਕੋਈ ਮੈਜਿਕ ਜਾਦੂ ਸਿਖਾਉਣ ਦੇ ਬਹਾਨੇ ਉਹ ਲੱਭਦਾ ਹੁੰਦਾ ਕੁਛ, ਕੋਈ ਇਦਾਂ ਦੀ ਕਹਾਣੀ ਆ, ਉਹ ਸੱਦਦੀ ਆ ਉਹਨੂੰ ਵੀ ਮੇਰੇ ਕੋਲ ਹੈਗਾ ਆ, ਉਹ ਆ ਜਾਂਦਾ। ਬਿਲਕੁਲ, ਉਹੀ ਬੰਦਾ ਆ, ਉਹੀ ਬੰਦਾ ਜਿਹੜਾ ਰਾਜਾ ਆ ਆਨੰਦਪੁਰ ਦਾ, ਉਹਨੂੰ ਹੀ ਉਹ ਸੱਦਦੀ ਆ, ਉਹਦੇ ਨਾਲ ਸੇਜ ਸਾਂਝੀ ਕਰਨ ਦੀ ਗੱਲ ਆਉਂਦੀ ਆ, ਉਹੀ ਸਿੱਖਿਆ ਦਿੰਦਾ ਮੂਹਰਿਓ, ਉਹੀ ਉੱਥੋਂ ਭੱਜਦਾ ਆ, ਉਹੀ ਬਾਅਦ ਵਿਚ ਆਪਣੇ ਅਹਿਲਕਾਰਾਂ ਨੂੰ ਸੱਦ ਕੇ ਉਹਨੂੰ ਛਮਾਹੀ ਜਿਹੜੀ ਆ ਪੈਸੇ ਜਿਹੜੇ 6 ਮਹੀਨੇ ਦੀ ਪੈਨਸ਼ਨ ਦੇਣੀ ਉਹਨੂੰ ਕਰਦਾ ਆ, ਤੂੰ ਮੂੰਹ ਬੰਦ ਰੱਖੀ ਤੇ ਤੈਨੂੰ ਇੰਨੇ ਪੈਸੇ ਦਊਂਗਾ। ਇੱਕੋ ਹੀ ਬੰਦਾ ਆ, ਇੱਕੋ ਹੀ ਕਰਦਾਰ ਹੈ। ਜੇ ਤਾਂ ਤੁਸੀਂ ਉਹਨੂੰ ਜਾਂ ਤਾਂ ਤੁਸੀਂ ਇਹ ਕਹਿ ਸਕਦੇ ਨਹੀਂ ਇਹ ਕੋਈ ਹੋਰ ਥਰਡ ਪਰਸਨ ਹੈ, ਫਿਰ ਤੁਹਾਨੂੰ ਉਹ ਸਿੱਖਿਆ ਛੱਡਣੀ ਪਊਗੀ। ਜੇ ਤੁਸੀਂ ਕਹਿੰਦੇ ਵੀ ਨਹੀਂ ਉਹ ਸਿੱਖਿਆ ਤਾਂ ਗੁਰੂ ਗੋਬਿੰਦ ਸਿੰਘ ਦੀ ਹੈ ਤੇ ਕਰਦਾਰ ਉਹ ਕੋਈ ਹੋਰ ਹੈ, ਇੱਦਾਂ ਨਹੀਂ ਕਰ ਸਕਦੇ, ਡਬਲ ਸਟੈਂਡਰਡ ਨਹੀਂ ਅਪਣਾ ਸਕਦੇ। ਜਦੋਂ ਨਾ ਇਹਨਾਂ ਨੂੰ ਅਸਲ ਚ ਪੰਗਾ ਇਹ ਪੈਂਦਾ, ਜਦੋਂ ਇਹਨਾਂ ਨੂੰ ਇੰਨਾ ਔਖਾ ਸਵਾਲ ਪੁੱਛ ਲੈਂਦਾ ਨਾ ਕੋਈ, ਜਦੋਂ ਉਦੋਂ ਫਿਰ ਪੰਗਾ ਪੈਂਦਾ ਸਾਰਿਆਂ ਨਾਲ। ਸੌਖੇ ਸੌਖੇ ਪੁੱਛੀ ਜਾਓ ਤਾਂ ਇਹ ਬੰਦੇ ਕਰੀ ਜਾਂਦੇ ਆ ਨਾ, ਜਦੋਂ ਤੁਸੀਂ ਇੰਨਾ ਟੈਕਨੀਕਲੀ ਪੂਰੀ ਦੇਖ ਕੇ ਜਿਹੜਾ ਬੰਦਾ ਪੁੱਛਦਾ ਫਿਰ ਉਦੋਂ ਬਾਅਦ ਛਿੱਕਣ ਤੋਂ ਇਲਾਵਾ ਜਾਂ ਇੱਦਾਂ ਇਕੱਠੇ ਹੋ ਕੇ ਹੁੱਲੜਬਾਜ਼ੀ ਕਰਨ ਤੋਂ ਇਲਾਵਾ ਜਾਂ ਗਾਲਾਂ ਕੱਢਣ ਤੋਂ ਇਲਾਵਾ ਇਹਨਾਂ ਕੋਲ ਕੁਛ ਨਹੀਂ ਬਚਦਾ। ਛਿੱਕਣ ਦੀ ਗੱਲ ਤੋਂ ਮੈਂ 2-3 ਗੱਲਾਂ ਸੀਆਂ ਕਰਨੇ ਵਾਲੀਆਂ। ਇੱਕ ਤਾਂ ਜਿਹੜੀ ਛਿੱਕਣ ਵਾਲੀ ਗੱਲ ਆਪਾਂ ਬਾਅਦ ਚ ਕਰਦੇ ਹਾਂ, ਇੱਕ ਤਾਂ ਜਿਹੜਾ ਸਾਡੇ ਜਥੇ ਦੇ ਸਿੰਘ ਦੋ ਗਏ ਆ ਉਹਦੇ ਬਾਰੇ ਕਈ ਵੀਰ ਗੱਲ ਕਰਦੇ ਸੀ ਵੀ ਏਦਾਂ ਵੀ ਬੰਦੇ ਕਮੀਣੇ। ਮੈਂ ਕਿਹਾ ਪਹਿਲੀ ਵਾਰ ਥੋੜੇ ਕਮੀਣੇ ਨਿਕਲੇ ਆ, ਹਨਾ, ਉਹ ਤਾਂ ਮੌਕਾ ਜਿਹੜਾ ਹੈ ਨਾ ਏਦਾਂ ਸਬੱਬ ਬਣਿਆ, ਕਿਉਂਕਿ ਅੰਦਰ ਉਹਨਾਂ ਦੇ ਹੁੰਦੀ ਆ। ਪਹਿਲਾਂ ਇੱਕ ਸਾਡਾ ਸੀਗਾ ਇੱਥੇ ਗ੍ਰੰਥੀ ਆਇਆ ਸੀ ਰਤਨ ਸਿੰਘ ਕਰਕੇ, ਉਹ ਵੀ ਇੱਦਾਂ ਗਿਆ ਸੀ,
ਠੀਕ ਹੈ ਜਾਣੀ ਸੱਚ ਨੀ ਦੱਸਿਆ ਉਹਨੂੰ ਕੀ ਹੈ ਤੇ ਬਾਅਦ ਚ ਉਹਨਾਂ ਨੇ ਨੰਗਾ ਕਰ ਦਿੱਤਾ ਪਹਿਲੇ ਹਫ਼ਤੇ ਹੀ ਸਾਡੇ ਕੋਲੋਂ ਜਿਸ ਐਤਵਾਰ ਗਿਆ ਉਹ ਤੋਂ ਹਫ਼ਤੇ ਬਾਅਦ ਹੀ ਉਹਨਾਂ ਨੇ ਉੱਥੇ ਟੱਕਰ ਨਹੀਂ ਵੱਡੇ ਦੀਵਾਨ ਦੇ ਵਿੱਚ ਉਹਨੂੰ ਟਾਈਮ ਦੇ ਦਿੱਤਾ ਟਾਈਮ ਦਿੱਤਾ ਮਤਲਬ ਸੱਦ ਲਿਆ ਉਹਨੂੰ ਵੀ ਕੀਰਤਨ ਕਰ ਤਿੰਨਾਂ ਨੇ ਕੀਰਤਨ ਕੀਤਾ ਤੇ ਉਹ ਸਾਰਿਆਂ ਨੂੰ ਪਤਾ ਲੱਗ ਗਿਆ ਉਹਨੂੰ ਸਮਝ ਵੀ ਸ਼ਾਇਦ ਬਾਅਦ ਚ ਆਈ ਹੋਈ ਪੇ ਹੋਇਆ ਕੀ ਤੇ ਉਹ ਤੋਂ ਪਹਿਲਾਂ ਜਦੋਂ ਨਹੀਂ ਚਲੋ ਰਣਜੋਤ ਸਿੰਘ ਵੀ ਗਿਆ ਪਰ ਮੈਂ ਕਹਿੰਦਾ ਜਦੋਂ ਪੰਥਪ੍ਰੀਤ ਗਿਆ ਉਹ ਕੀ ਸੀਗਾ ਬਿਲਕੁਲ ਆਹੀ ਸੀ ਉਹ ਵੀ ਸੇਮ ਧੁੰਦਾ ਜਦੋਂ ਗਿਆ ਮਸਕੀਨ ਦੀ ਗੱਲ ਚੇਤੇ ਆ ਜਾਂਦੀ ਜੀ ਮੈਨੂੰ ਤਾਂ ਬੰਦਾ ਜਾ ਮਰਜ਼ੀ ਸੀ ਪਰ ਉਹਨੂੰ ਏਦਾਂ ਗੱਲਾਂ ਦੀ ਫਿਲੋਸਫੀ ਬੜੀ ਪਤਾ ਸੀ ਉਹ ਕਹਿੰਦਾ ਤੁਸੀਂ ਇਮਾਨਦਾਰ ਹੋ ਨਾ ਜਿਹੜਾ ਬੰਦਾ ਕਹਿੰਦਾ ਮੈਂ ਇਮਾਨਦਾਰ ਹਾਂ ਮੌਕਾ ਨਹੀਂ ਬਣਿਆ ਹੋਣਾ ਬੇਈਮਾਨੀ ਤੁਸੀਂ ਉਦਾਂ ਹੀ ਆਪਣੇ ਆਪ ਨੂੰ ਮਹਾਨ ਨਾ ਗਿਣੀ ਜਾਓ ਮੈਂ ਤਾਂ ਕਦੇ ਬੇਈਮਾਨੀ ਨਹੀਂ ਕੀਤੀ ਤੈਨੂੰ ਮੌਕਾ ਹੀ ਨਹੀਂ ਮਿਲਿਆ ਹੋਣਾ ਬੇਈਮਾਨੀ ਕਰਨ ਦਾ ਜਿਹੜੇ ਪੰਜਾਬੀਆਂ ਨਾਲ ਤਾਂ ਜੀ ਮੈਂ ਨਾ ਬਹੁਤ ਬੰਦਿਆਂ ਨਾਲ ਇੱਦਾਂ ਜਦੋਂ ਮੈਂ ਗੱਲ ਕਰਦਾ ਅਗਲੇ ਗੱਲ ਭਾਜੀ ਆਹ ਤਾਂ ਜਦੋਂ ਨਾ ਇੱਦਾਂ ਬੋਲਦੇ ਆ ਇੱਦਾਂ ਕਿ ਮੈਂ ਤਾਂ ਧੁੰਦੇ ਵਰਗਿਆਂ ਨੂੰ ਸੁਣਿਆ ਅੰਗਰੇਜ਼ ਸਿੰਘ ਹੋ ਗਿਆ ਸਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਧੁੰਦੇ ਵਰਗਿਆਂ ਨੂੰ ਇੱਦਾਂ ਸੁਣਿਆ ਆ ਕਰਦਿਆਂ ਨੂੰ ਆ ਜਿਹੜੇ ਸਾਡੇ ਗਏ ਆ ਕਿੱਦਾਂ ਮਰਨ ਮਾਰਨ ਦੀਆਂ ਗੱਲਾਂ ਕਰਦੇ ਹੁੰਦੇ ਭਾਜੀ ਪਿਓ ਮੇਰਾ ਬਾਪ ਬਾਅਦ ਵਿੱਚ ਆ ਪਹਿਲਾਂ ਤੁਸੀਂ ਮੈਂ ਏਦਾਂ ਮੈਂ ਜ਼ਿੰਦਗੀ ਬਹੁਤ ਜ਼ਿੰਦਗੀ ਚ ਮੈਂ ਬੰਦੇ ਦੇਖੇ ਆ ਏਦਾਂ ਸਾਡਾ ਫਲਾਨਾ ਹੁੰਦਾ ਸੀ ਉਹ ਏਦਾਂ ਨਹੀਂ ਸੀ ਹੁੰਦਾ ਪਰ ਤੁਹਾਨੂੰ ਦੇਖ ਕੇ ਮੈਂ ਬਹੁਤ ਇੰਸਪਾਇਰ ਹੁੰਦਾ ਮਤਲਬ ਏਦਾਂ ਹੁਣ ਜਦੋਂ ਨਾ ਕੋਈ ਏਦਾਂ ਦੀ ਗੱਲ ਕਰਦਾ ਜਿਹੜੇ ਸਾਡੇ ਫੇਸਬੁੱਕ ਤੇ ਵੀ ਬੰਦੇ ਜਦੋਂ ਏਦਾਂ ਕਰਦੇ ਆ ਮੈਨੂੰ ਇੰਨੇ ਭੈੜੇ ਲੱਗਦੇ ਨਾ ਸੱਚੀ ਘਿਣਾ ਆਉਂਦੀ ਆ ਮੈਨੂੰ ਕਿਉਂਕਿ ਇੰਨੇ ਕੁ ਬੰਦਿਆਂ ਨੂੰ ਕ੍ਰਿਤਕਣ ਹੁੰਦੇ ਦੇਖ ਲਿਆ ਔਰ ਵੱਡੀਆਂ ਵੱਡੀਆਂ ਗੱਲਾਂ ਕਰਕੇ ਕਦੇ ਵੀ ਕਿਸੇ ਦੀਆਂ ਗੱਲਾਂ ਦੇ ਉੱਤੇ ਜਿਹੜਾ ਆ ਉਹ ਇੱਦਾਂ ਭਰੋਸਾ ਨਹੀਂ ਕਰਨਾ ਚਾਹੀਦਾ ਠੀਕ ਆ ਉਹ ਜਿਹੜਾ ਜਾਣਾ ਹੁਣ ਜਾਣੀ ਜਦੋਂ ਇੱਦਾਂ ਧੁੰਦੇ ਹੋਣੀ ਕੁੰਡੀਆਂ ਕਰਦੇ ਹੁੰਦੇ ਸੀ ਜੋ ਮਰਜ਼ੀ ਹੋ ਜਾਏ ਹਨਾ ਹੁਣ ਵੀ ਆ ਵੀਡੀਓ ਚਲਾ ਦਿੰਦੇ ਆਪਾਂ ਥੋੜੀ ਜਿਹੀ ਠਹਿਰ ਕੇ ਫੇਰ ਉਹਦੇ ਵਿੱਚ ਜਿਹੜੀ ਅਮਰੀਕ ਸਿੰਘ ਦੇ ਹੱਕ ਵਿੱਚ ਕੱਢੀ ਆ ਧੁੰਦੇ ਨੇ ਉਹਦੇ ਵਿੱਚ ਇੱਦਾਂ ਦੀਆਂ ਕੀਤੀਆਂ ਆ ਵੀ ਇੱਦਾਂ ਹੋ ਜਾਵੇ ਭਾਵਾਂ ਸਿਰ ਲੈ ਜਾਵੇ ਭਾਵਾਂ ਹੋ ਜਾਏ ਹੈ ਹੈ ਜਾਣੀ ਇੱਦਾਂ ਪਿੱਛੇ ਕੱਖ ਨੀ ਜਿਹੜੇ ਬੰਦੇ ਆ ਤੁਸੀਂ ਗੱਲ ਕਰ ਜਿਹੜੇ ਇੱਥੋਂ ਗਏ ਸਾਡੇ ਕੋਲੋਂ ਜਿਨ੍ਹਾਂ ਨੇ ਜਾ ਕੇ ਆਪਣਾ ਰੇਡੀਓ ਚ ਟੀਵੀ ਚਲਾਇਆ ਫਿਰ ਰੇਡੀਓ ਤੇ ਆ ਗਏ ਜਿਹੜੇ ਧੁੰਦੇ ਪੰਥਪ੍ਰੀਤ ਦੇ ਸਪੋਂਸਰ ਹੈ ਉਹਨਾਂ ਨੇ ਕੱਲ ਪੋਸਟ ਆਪਣੇ ਪੇਜ ਦੇ ਉੱਪਰ ਪਰਸਨਲ ਪੇਜ ਦੇ ਉੱਤੇ ਸ਼ੇਅਰ ਕੀਤੀ ਹੈ ਪੋਸਟ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਉਹ ਕਹਿੰਦੇ ਨੇਕੀ ਦੇ ਮੁੱਦੇ ਤੇ ਨਿਊਜ਼ੀਲੈਂਡ ਦੇ ਕਰੀਬ 20 ਗੁਰਦੁਆਰਿਆਂ ਦੇ ਪ੍ਰਬੰਧਕਾਂ ਵੱਲੋਂ ਪੁਲਿਸ ਨਾਲ ਲੰਬੀ ਮੀਟਿੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਸਿੱਖ ਇਤਿਹਾਸ ਸਿੱਖ ਟਕਸਾਲ ਅਤੇ ਸੰਪਰਦਾਵਾਂ ਸ਼ਹੀਦ ਸਿੱਖ ਸ਼ਹੀਦਾਂ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਪਰਿਵਾਰ ਪ੍ਰਤੀ ਰੋਜ਼ਾਨਾ ਊਲ ਜਲੂਲ ਬੋਲਣ ਅਤੇ ਵਾਲੇ ਨਿਊਜ਼ੀਲੈਂਡ ਦੇ ਗੁਰਦੁਆਰਾ ਸਿੰਘ ਸਭਾ ਛੱਲੀ ਰੋਡ ਦੇ ਪ੍ਰਬੰਧਕ ਅਤੇ ਰੇਡੀਓ ਹੋਸਟ ਨੇਕੀ ਨਿਊਜ਼ੀਲੈਂਡ ਵਿਰੁੱਧ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਬਾਅਦ ਨਿਊਜ਼ੀਲੈਂਡ ਦੀਆਂ ਸੈਂਕੜੇ ਸੰਗਤਾਂ ਵੱਲੋਂ ਬੀਤੇ ਕੱਲ ਗੁਰਮਤਾ ਪਾਸ ਕਰਕੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਗੁਰਬਾਣੀ ਲਿਟਰੇਚਰ ਚੱਕ ਕੇ ਲਿਆਂਦਾ ਗਿਆ ਇਹਦੇ ਥੱਲੇ ਫਿਰ ਪੂਰੇ ਬੰਦਿਆਂ ਦੇ ਨਾਂ ਦਿੱਤੇ ਨੇ ਅੱਛਾ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਟਕਸਾਲ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਸਿੱਖ ਇਤਿਹਾਸ ਸਿੱਖ ਟਕਸਾਲ ਪੱਗਾ ਸਿੰਘ ਜਿਹੜਾ ਬੰਦਾ ਹੈ ਨਹੀਂ ਨਹੀਂ ਉਹ ਤਾਂ ਉਹ ਇੰਪੋਰਟੈਂਟ ਨਹੀਂ ਜਾਣੀ ਪਰ ਗੱਲ ਇਹ ਆ ਵੀ ਇੰਨੇ ਨੀਵੇਂ ਗਿਰਾਂਗੇ ਦੇਖੋ ਇਹਨਾਂ ਦੀ ਪੋਸਟ ਤੇ ਉਹਨੇ ਥੱਲੇ ਫੋਟੋ ਕੱਢ ਕੇ ਲਿਆਈ ਆ ਆਪ ਲਾਈ ਹੈ ਮੈਂ ਤਾਂ ਦੇਖ ਕੇ ਚਲੋ ਠੀਕ ਹੈ ਵਿਰੋਧ ਹੁੰਦਾ ਯਾਰ ਕੋਈ ਨੀ ਦੁਨੀਆਂ ਦਾ ਹੀ ਹੁੰਦਾ ਵਿਰੋਧ ਸਾਨੂੰ ਤਾਂ ਫਿਊਲ ਮਿਲਦਾ ਇਹਨਾਂ ਗੱਲਾਂ ਏਦਾਂ ਹੁੰਦੀ ਵੀ ਇਹ ਵੀ ਡਿੱਗ ਗਿਆ ਭਾਰ ਨੀ ਲੈਂਦਾ ਹੁੰਦਾ ਜਦੋਂ ਜਦੋਂ ਬੰਦਾ ਜਦੋਂ ਬੰਦਾ ਡਾਕ ਵੰਡਣ ਜਾਂਦਾ ਜਿਹੜਾ ਡਾਕੀਆ ਜਦੋਂ ਸ਼ੁਰੂ ਕਰਦਾ ਉਹ ਇੱਥੇ ਵੀ ਜਿਹੜੇ ਉਹਨਾਂ ਦੇ ਕੋਲ ਛੋਟੀ ਕਾਰਜ ਕਾਟ ਜਿਹਾ ਹੁੰਦਾ ਉਹਦੇ ਮੋਹਰੇ ਨਾ ਜਿਹੜੀ ਉਹਨਾਂ ਦੀ ਬਕਟ ਹੁੰਦੀ ਆ ਉਹ ਚ ਨਿਗਾਹ ਮਾਰੀ ਉਹ ਕਿਤੇ ਹਨਾ ਜਦੋਂ ਤੁਰਦਾ ਹੈ ਜਦੋਂ ਇੱਦਾਂ ਆਖਰੀ ਚਾਰ ਪੰਜ ਘਰ ਰਹਿ ਜਾਂਦੇ ਆ ਹਲਕਾ ਨੀ ਹੋਇਆ ਹੁੰਦਾ ਬਸ ਹੁਣ ਤਾਂ ਹਨਾ ਵਿਹਲੇ ਹੋਣ ਨਾਲ ਜਦੋਂ ਇੱਦਾਂ ਹੋ ਜਾਵੇ ਇੰਨੀ ਛੇਤੀ ਮੁੱਕ ਗਿਆ ਜੇ ਅਗਲੇ ਦਾ ਚਾਰ ਪੰਜ ਘੰਟੇ ਦਾ ਕੰਮ ਡੇਢ ਕੁ ਘੰਟੇ ਚ ਮੁੱਕ ਜਾਏ ਫਿਰ ਉਹਨੂੰ ਇੱਦਾਂ ਨੀ ਹੁਣ ਤਾਂ ਮੌਜ ਲੱਗ ਗਏ ਹੁਣ ਕੋਰੀਅਰ ਵਾਲੇ ਜਿਹੜੇ ਉਹਨਾਂ ਨੇ ਹੁੰਦਾ ਵੀ ਡੇਢ ਘੰਟੇ ਬਾਅਦ ਗੇੜਾ ਲੱਗਣਾ ਹਨਾ ਜੇ ਕਿਤੇ ਟ੍ਰੈਫਿਕ ਨਾ ਹੋਵੇ ਰਾਜਘਾਟ ਹੋਣ ਉਹ ਅੱਧੇ ਪੌਣੇ ਘੰਟੇ ਚ ਪਹੁੰਚ ਜਾਣ 15-20 ਮਿੰਟ ਵਿਹਲੇ ਅੱਧਾ ਘੰਟਾ ਵਿਹਲਾ ਮਿਲ ਜਾਏ ਕਿੰਨੀ ਖੁਸ਼ੀ ਹੁੰਦੀ ਹੈ ਸਾਨੂੰ ਤਾਂ ਸਾਲਾਂ ਦਾ ਇੱਦਾਂ ਟਾਈਮ ਮਿਲ ਗਿਆ ਜਾਣੀ ਵਿਹਲ ਮਿਲ ਗਈ ਉਹ ਬੜਾ ਸੌਖਾ ਹੋਇਆ ਜਾਣੀ ਹਨਾ ਤੇ ਜਿਹੜੀ ਆਹ ਗੱਲ ਸੀ ਨਾ ਜਦੋਂ 3 ਸਾਲ ਪਹਿਲਾਂ ਆਪਾਂ ਜਦੋਂ ਧੁੰਦਾ ਪੰਥਪ੍ਰੀਤ ਗਏ ਆ ਹਨਾ ਉਦੋਂ ਆਪਾਂ ਟਕਸਾਲ ਦੁਆਲੇ ਜ਼ਿਆਦਾ ਗੱਲਬਾਤ ਹੁੰਦੀ ਸੀ ਸਾਡੀ ਹਨਾ ਇਹਨਾਂ ਨੂੰ ਲੱਗਾ ਭਈ ਇਹ ਵਿਗਾੜ ਇਹਨਾਂ ਦਾ ਪੈ ਜਾਣਾ ਹਨਾ ਟਕਸਾਲ ਨਾ ਜਾਵੇ ਹਨਾ ਇਦਾਂ ਇੱਥੇ ਤਾਂ ਸੰਗਤ ਘੱਟ ਜਾਣੀ ਆ ਰਣਜੋਤ ਸਿੰਘ ਵੀ ਇਸੇ ਫਿਕਰ ਚ ਭੱਜਾ ਸੀ ਹਨਾ ਇਹ ਵੀ ਤਾਂ ਹੀ ਭੱਜੇ ਆ ਅੱਛਾ
ਉਦੋਂ ਇਨ੍ਹਾਂ ਨੂੰ ਇਦਾਂ ਲੱਗਦਾ ਸੀ ਵੀ ਅਸੀਂ ਸੁਰਖਰੂ ਹਾਂ ਹਨਾ, ਵੀ ਪੰਗਾ ਟਕਸਾਲ ਨਾਲ ਆ ਇਨ੍ਹਾਂ ਦਾ। ਮੁੜ ਕੇ ਜਦੋਂ ਇਨ੍ਹਾਂ ਨਾਲ ਗੱਲ ਚੱਲ ਪਈ ਹਨਾ, ਫਿਰ ਟਕਸਾਲ ਵਾਲੇ ਇਦਾਂ ਉਹ ਲਾਪੈ ਕਰਨ, ਅਸੀਂ ਹੁਣ ਵੀ ਚਾਰ ਪੰਜ ਮਹੀਨੇ ਤੱਕ ਉਹ ਜਦੋਂ ਗੁਰਪ੍ਰੀਤ ਹੁਣੀ ਗੁਰਪ੍ਰੀਤ ਬੈਨ ਸੁਣੀ ਜਿਹੜੇ ਉਹ ਬੰਦੇ ਉਦਾਂ ਕਰਦੇ ਹੁੰਦੇ ਸੀ ਇਹ ਦਲਜੀਤ ਇੰਡੀਆ ਨਾਲ ਭਈ ਇਹ ਜਾਗਰੂਕਾਂ ਦਾ ਅਪਗ੍ਰੇਡਾਂ ਦਾ ਆਪਸ ਵਿਚ ਪੰਗਾ ਆ, ਆਪਾਂ ਨਾ ਬੋਲੀਏ ਆਪਾਂ ਚੁੱਪ ਰਹੀਏ ਹਨਾ। ਉਦੋਂ ਉਨ੍ਹਾਂ ਨੂੰ ਇਦਾਂ ਲੱਗਦਾ ਸੀ ਖਾਲਿਸਤਾਨੀਆਂ ਨੂੰ ਟਕਸਾਲੀਆਂ ਨੂੰ ਹਨਾ, ਤੇ ਹੁਣ ਜਦੋਂ ਹੁਣ ਗੱਲ ਹੋਈ ਆ ਇੱਦਾਂ ਹੁਣ ਫਿਰ ਹੁਣ ਟਕਸਾਲ ਨਾਲ ਗੱਲ ਹੋ ਗਈ ਆ, ਹੁਣ ਇਨ੍ਹਾਂ ਨੂੰ ਇਦਾਂ ਲੱਗਦਾ ਹਨਾ। ਪਰ ਹਰੇਕ ਵਾਰੀ ਤੁਸੀਂ ਦੇਖੋ ਐਤਵਾਰੀ ਅਮਰੀਕ ਹੁਣ ਇਸ ਵਾਰ ਜਿਹੜੀ ਅਮਰੀਕ ਸਿੰਘ ਦੀ ਪੱਗ ਲਈ ਆ ਇਹ ਸਭ ਤੋਂ ਵੱਡਾ ਝਟਕਾ ਆ ਜਾਣੀ, ਜਦੋਂ ਇਹ ਇੱਦਾਂ ਬਿਲਕੁਲ ਹਲਕੇ ਹੋ ਕੇ ਬੈਠੇ ਸੀ ਪੰਗਾ ਤਾਂ ਉਹਨਾਂ ਦਾ ਆਇਆ ਸਾਡੀ ਥੋੜੋ ਕੋਈ ਗੱਲ ਆ ਹਨਾ, ਆਪਣੇ ਆਪ ਨੂੰ ਤਾਂ ਇੱਦਾਂ ਲੱਗੇ ਹੋ ਸੀ ਕਰਨ ਇਹ ਵੀ ਹੁਣ ਤਾਂ ਭਾਈ ਭਾਈ ਆ ਸੀ, ਅੱਜ ਤਾਂ ਸਾਡਿਆਂ ਨੇ ਹਾਪੋਸਟ ਪਾਈ ਹੋ ਆ ਹਨਾ, ਸਾਡੀ ਥੋੜੋ ਗੱਲ ਆ ਕੋਈ ਬਿਲਕੁਲ ਜਿਹੜੀ ਸਬੱਬ ਜਿਹੜੇ ਬਣਦੇ ਮੈਂ ਕਿਹਾ ਇੱਦਾਂ ਬਣਦੇ ਆ। ਮੈਂ ਤਾਂ ਕਹਿੰਦਾ ਇੱਦਾਂ ਪਤਾ ਨੀ ਕਿਵੇਂ ਇੱਦਾਂ ਕੋ ਇੰਸੀਡੈਂਟ ਲਈ ਸਾਰਾ ਕੁਛ ਵਾਪਰਿਆ ਸਾਰਾ ਇਕੱਠਾ ਨਾ, ਇਹ ਬੰਦੇ ਨਾ ਜਿੱਦਣ ਇਹ ਘਟਨਾ ਹੋਈ ਹੈ ਇੱਥੇ ਸਾਡੇ ਸਰੂਪ ਚੱਕ ਕੇ ਲਗਾਈ ਹੈ ਤਾਂ ਇਹ ਬੰਦੇ ਸੱਦੇ ਵਾਲੀ ਹੈ ਹਰੀ ਮਿਸ਼ਨਰੀ ਜਿੰਨੇ ਬਖ ਬਖਸ਼ੀਸ਼ ਸਿੰਘ ਖਾਲਸਾ ਨੂੰ ਪ੍ਰਭ ਦੀ ਫਰੇ ਜਿਹੜੇ ਹੈ ਉਹ ਕਹਿੰਦੇ ਸੀਗੇ ਵੀ ਜੇ ਤੁਸੀਂ ਇੱਦਾਂ ਬੋਲੋਗੇ ਅਗਲੇ ਨੂੰ ਜੋ ਤੁਸੀਂ ਅਗਲੇ ਨੂੰ ਸੰਤ ਜਰਨੈਲ ਸਿੰਘ ਨੂੰ ਜਾਂ ਉਹਨਾਂ ਨੂੰ ਜਿਹੜੀਆਂ ਮਾਨਤਾਵਾਂ ਜਿਹੜੀਆਂ ਉਹ ਹੈਗੀਆਂ ਉਹਦੇ ਖਿਲਾਫ਼ ਬੋਲੋਗੇ ਤੇ ਅਗਲੇ ਇੱਦਾਂ ਕਰਨਗੇ ਹੀ ਫਿਰ ਤੁਹਾਡੇ ਨਾਲ, ਫਿਰ ਤੁਹਾਡੇ ਨਾਲ ਇੱਦਾਂ ਕਾਹਦੇ ਨਾਲ ਕਰਨ ਉਹ ਬੰਦੇ, ਤੁਸੀਂ ਗੁਰੂ ਤੇ ਟਾਂਕਣ ਕਰੋਗੇ ਤਾਂ ਕਾਹਦੇ ਨਾਲ ਬੋਲਣਗੇ, ਸੱਦੇ ਵਾਲੀ ਵਰਗਾ ਜਿਹੜਾ ਸਿਆਣਾ ਵਿਆਣਾ ਬੰਦਾ ਹੈ ਉਹਨੇ ਏਡੇ ਕਮਲੇ ਕਮੈਂਟ ਕੀਤੇ ਉੱਥੇ ਖਾਲਸਾ ਨੂੰ ਜਿਹੜਾ ਨੇ ਪੂਰੀ ਝੱਗ ਸਿੱਟੀ ਉੱਥੇ। ਹੁਣ ਮਤਲਬ ਉਹ ਤਾਂ ਕਹਿੰਦੇ ਨਾਈਆ ਵਾਲ ਕਿੱਡੇ ਕਿੱਡੇ ਕਹਿੰਦੇ ਦੋ ਮਿੰਟ ਬਹਿ ਜਾ ਪੂਰੇ ਸਿੱਟ ਦਿੰਦੇ ਆ ਅਗਲਿਆਂ ਨੇ, ਮਤਲਬ ਜਦੋਂ ਅਮਰੀਕ ਸਿੰਘ ਦੀ ਲਾਈ ਉਦੋਂ ਇਹ ਸਟੇਟਮੈਂਟ ਉਦੋਂ ਕਿਉਂ ਨੀ ਲਾਈ ਤੁਸੀਂ, ਉਹ ਅਮਰੀਕ ਸਿੰਘ ਦੇ ਵਾਰੀ ਉਹ ਬੰਦੇ ਇੱਦਾਂ ਹੀ ਕਹਿੰਦੇ ਆ ਵੀ ਗੁਰੂ ਦੇ ਸਾਡੇ ਦੇ ਖਿਲਾਫ਼ ਬੋਲਦਾ ਇਹ, ਸਾਡੀਆਂ ਮਰਿਆਦਾਵਾਂ ਦੇ ਖਿਲਾਫ਼ ਬੋਲਦਾ, ਸਾਡੀਆਂ ਜਿਹੜਾ ਸਾਡਾ ਸਿੱਖ ਇਤਿਹਾਸ ਹੈ ਉਹਦੇ ਖਿਲਾਫ਼ ਬੋਲਦਾ ਇਹ, ਤਾਂ ਅਸੀਂ ਕਿਉਂ ਨਾ ਪੱਗ ਲਾਈਏ ਫਿਰ ਠੀਕ ਹੈ ਨਾ ਫਿਰ ਗੱਲ, ਕਿਉਂਕਿ ਹਰੇਕ ਬੰਦੇ ਦਾ ਆਪਣਾ ਲੈਵਲ ਹੈ। ਜਿਹੜੀ ਅਮਰੀਕ ਸਿੰਘ ਵਾਲੀ ਗੱਲ ਹੈ ਉਹ ਜਿਹੜੇ ਚੰਡੀਗੜ੍ਹ ਵਾਲੇ ਦੀ ਜਿਹੜੀਆਂ ਟਕਸਾਲੀ ਦੇ ਜਿਹੜੇ ਬੰਦੇ ਆ ਉਹਨਾਂ ਦੇ ਵਾਸਤੇ ਉਹ ਪਾਪ ਆ, ਉਹ ਉਹਨਾਂ ਵਾਸਤੇ ਬਿਦਬੀ ਆ ਗੁਰੂ ਦੀ, ਉਹ ਕਾਲ ਤਖ਼ਤ ਤੇ ਚੱਲ ਗਏ ਕਹਿੰਦੇ ਛੇਕੋ ਇਹਨੂੰ ਪੰਥ ਚੋਂ ਪਹੁੰਚ ਗਏ ਆ, ਅਗਲੇ ਕਹਿੰਦੇ ਠੀਕ ਹੈ ਜਦੋਂ ਉਹਨਾਂ ਵਾਸਤੇ ਉਹ ਬਿਦਬੀ ਆ ਉਹ ਦਮ ਦੀ ਟਕਸਾਲ ਨੀ ਲਾਈ ਆ ਸ਼ਿਕਾਇਤ, ਤੇ ਜਿਹੜੇ ਸਾਡੀਆਂ ਗੱਲਾਂ ਹੈਗੀਆਂ ਉਹ ਤੁਹਾਡੇ ਵਾਸਤੇ ਬੇਅਦਬੀ ਹੈ ਬਿਲਕੁਲ, ਇਹ ਤਾਂ ਹਰੇਕ ਦਾ ਆਪਣਾ ਆਪਣਾ ਪੈਮਾਨਾ ਹੈ ਨਾ ਜੀ। ਗੁਰੂ ਨਾਨਕ ਪਾਤਸ਼ਾਹ ਦੀ ਗੱਲਾਂ ਸਾਰਿਆਂ ਵਾਸਤੇ ਬੜੀਆਂ ਚੰਗੀਆਂ ਸੀ ਤੇ ਉਹ ਜਦੋਂ ਗੁਰੂ ਨਾਨਕ ਜਿਹੜੀਆਂ ਸਥਾਪਿਤ ਉਸ ਟਾਈਮ ਦੇ ਉੱਤੇ ਜਿਹੜੇ ਧਰਮ ਸੀਗੇ ਹਿੰਦੂ ਜਾਂ ਮੁਸਲਮਾਨ ਉਹਨਾਂ ਵਾਸਤੇ ਬਹੁਤ ਚੰਗੀਆਂ ਸੀ ਕਿਤੇ ਗੱਲਾਂ, ਉਹ ਕਿੱਦਾਂ ਉਹਨਾਂ ਨੇ ਲਾ ਲਾ ਕੇ ਇੱਦਾਂ ਵੱਢ ਵੱਢ ਕੇ ਸਿੱਟੇ ਇੱਦਾਂ ਉਹਨਾਂ ਦੀ ਗੱਲਾਂ। ਜਦੋਂ ਤੁਸੀਂ ਨਾ ਆਪਣੇ ਇਮੋਸ਼ਨ ਨੂੰ ਜਜ਼ਬਾਤਾਂ ਨੂੰ ਆਪਣੀਆਂ ਭਾਵਨਾਵਾਂ ਨੂੰ ਆਧਾਰ ਬਣਾ ਕੇ ਗੱਲ ਕਰਨੀ ਆ, ਇਹੀ ਕੁਛ ਬੈਲੈਂਸ ਹੋਣਾ ਬੜਾ ਜ਼ਰੂਰੀ ਹੈ ਜੀ, ਇਮੋਸ਼ਨਲੀ ਇੰਟੈਲੀਜੈਂਟ ਹੋਣਾ ਸਾਡਾ ਬੜਾ ਜ਼ਰੂਰੀ ਹੈ। ਪੰਥਪ੍ਰੀਤ ਸਿੰਘ ਤੇ ਮੈਨੂੰ ਚੇਤੀ ਹੈ ਜਦੋਂ ਅਟੈਕ ਹੋਇਆ ਜਰਮਨੀ ਦੇ ਵਿਚ ਸਾਡਾ ਪੰਥਪ੍ਰੀਤ ਸਿੰਘ ਨਾਲ ਪੂਰਾ ਵਿਰੋਧ ਸੀਗਾ ਤੇ ਪੰਥਪ੍ਰੀਤ ਸਿੰਘ ਹਲੇ ਸਾਡੇ ਖਿਲਾਫ਼ ਬੰਦੇ ਸਟੇਟਮੈਂਟਾਂ ਦਿੰਦੇ ਸੀ, ਪਰ ਅਸੀਂ ਉਦੋਂ ਉਨ੍ਹਾਂ ਦੇ ਟਕਸਾਲੀਆਂ ਦੇ ਜਿਹੜਾ ਉਹਦੇ ਵਿਰੋਧ ਦੇ ਵਿਚ ਮੈਨੂੰ ਚੇਤੀ ਆ ਤੁਸੀਂ ਦੋ ਤਿੰਨ ਪੋਸਟਾਂ ਜਿਹੜੀਆਂ ਲਗਾਤਾਰ ਪਾਈਆਂ ਸੀ। ਨਹੀਂ ਨਹੀਂ ਇੱਥੇ ਅਸੀਂ ਜੀ ਲੋਕਲੀ ਜਾਣੀ ਕੋਈ ਵੀ ਬੰਦਾ ਜਦੋਂ ਇੱਦਾਂ ਕਿਸੇ ਨਾਲ ਵੀ ਧੱਕਾ ਹੋਊਗਾ ਸਾਡੇ ਵੱਲੋਂ ਕਦੇ ਵੀ ਅਸੀਂ ਬੈਲੈਂਸ ਜਿੱਦਾਂ ਹੈਗੇ ਆ ਇੱਦਾਂ ਨਾ ਅਸੀਂ ਲੜੇ ਆ ਨਾ ਲੜਾਈ ਨੂੰ ਗਾਹਾਂ ਪਹਿਲ ਦੇਵਾਂਗੇ, ਠੀਕ ਹੈ ਕਦੇ ਅਸੀਂ ਪ੍ਰਮੋਟ ਨਹੀਂ ਕਰਨਾ ਚਾਹੁੰਦੇ, ਪਰ ਜਿਹੜਾ ਧੱਕਾ ਆ ਕਿਸੇ ਦਾ ਉਹਦੇ ਵਿਰੁੱਧ ਹਮੇਸ਼ਾ ਜਿਹੜੀ ਡਾਢੀ ਧਿਰ ਆ ਨਾ ਗੱਲ ਅੱਜ ਜਿਹੜੇ ਲੋਕ ਪੁੱਛਦੇ ਹੈ ਨਾ ਵੀ ਮਸਲਾ ਕੀ ਆ ਯਾਰ ਹਨਾ, ਮਸਲਾ ਡੋਮੀਨੇਸ਼ਨ ਦਾ ਆ ਬਸ ਹੋਰ ਕੱਖ ਨੀ, ਠੀਕ ਹੈ ਕਿਉਂਕਿ 30-35 ਸਾਲ ਹੋ ਗਏ ਆ ਚੱਲਿਆ ਹੀ ਇਦਾਂ ਆਇਆ, ਠੀਕ ਆ ਪਹਿਲਾਂ ਉਦਾਂ ਸਰਕਾਰੀ ਸ਼ਹਿਰ ਦੇ ਉੱਤੇ ਮੁੜ ਕੇ ਹਥਿਆਰ ਚੱਕ ਲੈ ਦੋ ਤਿੰਨ ਸਾਲ ਉਹਨਾਂ ਦੀ ਨਾਲ ਲੰਘਿਆ, 84 ਤੋਂ ਬਾਅਦ ਜਦੋਂ ਅਟੈਕ ਹੋ ਗਿਆ ਫੇਰ ਹਮਦਰਦੀ ਕਿ ਉਦੋਂ ਵੀ ਸਟੇਟ ਦਾ ਸਾਰਾ ਜ਼ੋਰ ਇਸ ਗੱਲ ਦੇ ਉੱਤੇ ਲੱਗਾ ਸੀ ਵੀ ਜਿਹੜੀ ਧਿਰ ਜ਼ਿਆਦਾ ਹਰਟ ਹੋਈ ਆ ਉਹਨੂੰ ਪਹਿਲ ਦਿੱਤੀ ਜਾਵੇ, ਉਹਨਾਂ ਨੂੰ ਪੂਰੀ ਖੁੱਲ ਦਿੱਤੀ ਗਈ ਆ। ਬਾਬਾ ਜਗਿੰਦਰ ਸਿੰਘ ਨੂੰ ਇੰਨੀ ਖੁੱਲ ਦਿੱਤੀ ਗਈ ਬੋਲਣ ਦੀ ਨਾ ਕਿ ਵੀ ਸ਼੍ਰੀ ਜਥੇ ਹੁਣ ਨਾਭੇ ਵਾਲੀਆਂ ਬੀਬੀਆਂ ਜਦੋਂ ਉਦੋਂ ਪੰਜਾਬ ਦੇ ਵਿਚ ਪਤਾ ਕਿੰਨਾ ਬੋਲੀਆਂ, ਇੰਦਰਾ ਗਾਂਧੀ ਦੇ ਕਤਲ ਦੇ ਸੰਬੰਧ ਵਿਚ ਇੱਦਾਂ ਕਵੀਸ਼ਰ ਕਿੱਦਾਂ ਬੋਲੇ ਆ, ਉਸ ਧਿਰ ਨੂੰ